ਅਗਲੀ ਕਾਰਵਾਈ ਦੀ। ਹੜ੍ਹ ਪੀੜਤ ਝੁੰਗੀਆਂ ਵਾਲੇ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ। ਰੋਪੜ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਕੰਢੇ 'ਤੇ ਹੜ੍ਹ ਪ੍ਰਭਾਵਿਤ ਹੋਏ ਝੁੱਗੀ ਚੌਂਪੜੀ ਵਾਲਿਆਂ ਨੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਉਹ 2 ਦਿਨਾਂ ਤੋਂ ਸੜਕ ਉੱਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹੋਏ ਹਨ, ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਰਹਿਣ ਲਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਉਹਨਾਂ ਨੇ ਰੋਪੜ ਦੇ ਡੀਸੀ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਅਤੇ ADC ਨੂੰ ਆਪਣੀਆਂ ਸਮੱਸਿਆ ਦੱਸੀ। ਸਵੇਰ ਦਾ ਖਾਣਾ, ਦੁਪਹਿਰ ਦਾ, ਰਾਤ ਦਾ 11 ਵਜੇ ਵੱਜ ਜਾਂਦੇ ਨੇ, 4 ਦਿਨ ਹੋ ਗਏ ਸਰ, 5ਵਾਂ ਦਿਨ ਅੱਜ, ਅਤੇ ਹੁਣ ਸਾਡੇ ਵੀ ਹੱਥ ਫੇਰੇ ਹੋਏ ਜਾਂਦੇ ਸਰ, ਕਿੰਨਾ ਕੁ ਦਿਨ ਲੱਗਦਾ ਆਪਣਾ ਸਰ? ਬੇਨਤੀ ਕਰਨਾ ਵੀ ਐਸੇ ਪਰਿਵਾਰ ਆ ਵਿੱਚ ਜਿਨ੍ਹਾਂ ਦੇ ਕੋਲ ਨਾ ਬੈਠਣ ਆ ਸਰ, ਨਾ ਉਹਨਾਂ ਕੋਲ ਕੋਈ ਦਵਾਈ ਆ, ਈਵਨ ਕਿ ਲੇਡੀਜ਼ ਦੇ ਕੱਪੜੇ, ਇੱਕ ਬੱਚੇ ਵੀ ਕੁਛ ਨਹੀਂ ਸਰ, ਵੀ ਸਾਡੀ ਬੇਨਤੀ ਇਹ ਆ ਵੀ ਰੈੱਡ ਕ੍ਰੋਸ ਵਿੱਚ ਫੌਰੀ ਮਦਦ ਆ ਜੀ, ਜਿਵੇਂ ਇੱਕ ਲੜਕੀ ਸੀ ਉਹਦਾ ਦਹੇਜ ਦਾ ਸਮਾਨ ਹੀ ਸਾਰਾ ਰੁੜ ਗਿਆ ਸੀ ਲੈ, ਹੈ ਜੀ, ਅਤੇ ਇੱਕ ਬੱਚਾ ਹੈ ਹੁਣ PGI ਸੱਟ ਲੱਗੀ ਹੋਈ, PGI ਤੋਂ ਇਲਾਜ ਚੱਲਦਾ, ਫਾਦਰਲੈਸ ਆ ਸਰ, ਅਤੇ ਇਹਦੀਆਂ ਦਵਾਈਆਂ ਮਤਲਬ ਇੰਨੇ ਕੁ ਦੁਖੀ ਪਰਿਵਾਰ ਨੇ, ਐਡਮਿਨਿਸਟ੍ਰੇਸ਼ਨ ਸਾਡੀ ਬੇਨਤੀ ਆ ਵੀ ਕੋਈ ਅਧਿਕਾਰੀ ਉਸ CM ਸਾਹਿਬ ਆਏ ਸੀ ਉਸਨੂੰ ਕਹਿ ਕੇ ਵੀ 4 ਕਿੱਲੇ, ਅਸੀਂ ਹੁਣ ਇਹ ਜਿਹੜੇ ਬੈਠੇ ਨੇ ਇਹ ਵਾਰਡ ਨੰਬਰ 1 ਦੀ ਨਾਲ ਲੱਗਦੀ ਜ਼ਮੀਨ 'ਚ ਬੈਠੇ ਨੇ ਸਰ, ਉਹ ਦਰਿਆਈ ਜ਼ਮੀਨ ਆ ਸਰ, 2 ਮਹੀਨੇ ਬਰਸਾਤ ਦੇ ਨੇ ਸਰ ਅੱਗੇ, ਅਤੇ ਪਾਣੀ ਕਿਸੇ ਟਾਈਮ ਵੀ ਆ ਸਕਦਾ, ਹੁਣ ਦੁਬਾਰਾ ਵਸੇਬਾ ਤਾਂ ਉੱਥੇ ਹੋਣਾ ਨਹੀਂ, ਖਾਣੇ ਦਾ ਪ੍ਰਬੰਧ, ਈਵਨ ਲਾਈਫ ਸਟਾਕ ਦੇ ਲਈ, ਐਨੀਮਲਸ ਦੇ ਲਈ ਵੀ ਤੂੜੀ ਦਾ ਪ੍ਰਬੰਧ, ਹਰ ਚੀਜ਼ ਦਾ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਸਾਰੇ ਪ੍ਰਬੰਧ ਕੀਤੇ ਗਏ। 4 ਦਿਨ ਤੋਂ ਇਹ ਲੋਕ ਸੜਕਾਂ 'ਤੇ ਨੇ, ਉੱਜੜ ਚੁੱਕੇ ਨੇ ਬੁਰੀ ਤਰ੍ਹਾਂ ਦੇ ਨਾਲ, ਅੱਜ ਤੱਕ ਪ੍ਰਸ਼ਾਸਨ ਇਹਨਾਂ ਕੋਲ ਕਿਉਂ ਨਹੀਂ ਪਹੁੰਚ ਸਕਿਆ, ਕੀ ਕਾਰਨ ਹੈ? ਨਹੀਂ, ਸਾਰੇ ਪਹੁੰਚ ਰਹੇ, ਜਿੱਥੇ ਵੇਖੋ 235 ਪਿੰਡ ਅਫੈਕਟਡ ਨੇ, ਸਾਡਾ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, DC ਸਾਹਿਬ, ਕਮਿਸ਼ਨਰ ਸਾਹਿਬ, CM ਸਾਹਿਬ ਖੁਦ ਪਹੁੰਚੇ ਨੇ, ਸਾਰੇ ਜਗ੍ਹਾ ਪਹੁੰਚ ਰਹੇ, ਹੁਣ 235 ਪਿੰਡ ਹੈਗੇ, ਹਰ ਜਗ੍ਹਾ ਐਵੈਕੁਏਸ਼ਨ ਸੈਂਟਰ ਬਣੇ ਹੋਏ ਨੇ। ਐਮਰਜੈਂਸੀ ਰਿਲੀਫ ਇਹਦਾ ਲੋਕਾਂ ਨੂੰ ਕਿਸ ਤਰ੍ਹਾਂ ਮਿਲੂਗੀ? ਐਮਰਜੈਂਸੀ ਰਿਲੀਫ ਮਿਲ ਰਹੀ, ਖਾਣੇ ਦਾ ਪ੍ਰਬੰਧ ਹੈਗਾ, ਦਵਾਈਆਂ ਦਾ ਪ੍ਰਬੰਧ ਹੈਗਾ, ਡਾਕਟਰਾਂ ਦੀਆਂ ਟੀਮਾਂ ਬਣੀਆਂ ਹੋਈਆਂ, ਕੈਂਪ ਲੱਗ ਰਹੇ ਨੇ ਹਰ ਜਗ੍ਹਾ, ਜਿੱਥੇ ਵੀ ਪ੍ਰੋਬਲਮ ਆ ਸਾਰੀ ਜਗ੍ਹਾ। ਪਿੰਡਾਂ ਦੇ ਲੋਕ ਕਹਿ ਰਹੇ ਨੇ ਦਵਾਈਆਂ ਵੀ ਆਪਣੇ ਕੋਲੋਂ ਪੈਸੇ ਖਰਚ ਕੇ ਪ੍ਰੋਵਾਈਡ ਕਰਵਾ ਰਹੇ ਹੋ? ਨਹੀਂ, ਆ ਦੇਖੋ ਮੈਂ ਤੁਹਾਨੂੰ ਲਿਸਟ ਦੇਵਾਂ ਟੋਟਲ, ਸਾਰੇ ਫੋਟੋਆਂ ਆ ਰਹੀਆਂ ਨੇ ਰੂਪਨਗਰੀ ਪਿੰਡ ਦੇ ਵਿੱਚ, ਹਰ ਇੱਕ ਦੇ ਵਿੱਚ ਦਿੱਤਾ ਹੋਇਆ, ਦੇਖੋ ਕਿੰਨੇ ਕਿੰਨੇ ਹੈਗੇ ਨੇ, ਹਰ ਜਗ੍ਹਾ 'ਤੇ ਮੈਡੀਕਲ ਕੈਂਪ ਲੱਗੇ ਹੋਏ ਨੇ, ਹਰੇਕ ਜਗ੍ਹਾ ਦਵਾਈਆਂ ਮਿਲ ਰਹੀਆਂ ਨੇ। ਅਸੀਂ ਕੁਝ ਏਰੀਏ ਦੇ ਪਿੰਡ ਫੂਲਪੁਰ ਦਾ ਜਾਂ ਹੋਰ ਕਈ ਏਰੀਏ ਦੇਖੇ ਨੇ, ਫੂਲਪੁਰ ਤਾਂ ਹੁਣ ਵੀ ਸਾਰੀ ਅਜੇ ਤੱਕ ਪ੍ਰਸ਼ਾਸਨ ਉੱਥੇ ਨਹੀਂ ਪਹੁੰਚਿਆ। ਫੂਲਪੁਰ ਤਾਂ ਹੁਣ ਵੀ ਬੈਠਾ, DC ਸਾਹਿਬ ਖੁਦ ਬੈਠੇ ਨੇ ਫੂਲਪੁਰ, DC ਸਾਹਿਬ ਉੱਥੇ ਨੇ, DRO ਸਾਹਿਬ ਉੱਥੇ ਨੇ, ਤਹਿਸੀਲਦਾਰ ਸਾਹਿਬ ਉੱਥੇ ਨੇ, SDO ਸਾਹਿਬ ਉੱਥੇ ਨੇ, ਫੂਲਪੁਰ ਦੀ ਨੇ, ਕੱਲ੍ਹ ਤੱਕ ਤਾਂ ਕੋਈ ਸਵੇਰੇ 9:30 ਵਜੇ ਉੱਥੇ ਪਹੁੰਚੇ ਹੋਏ, ਜਦੋਂ ਮੈਨੂੰ ਮੈਸੇਜ ਆਇਆ ਕਿ ਤੁਸੀਂ ਦਫ਼ਤਰ ਦੇਖੋ, DRO ਸਾਹਿਬ ਇੱਥੋਂ ਲੈ ਕੇ ਗਿਆ ਸਾਰਾ ਜਿਹੜਾ ਸਮਾਨ, ਕੁਛ ਜੈਕਟਸ, ਕੁਛ ਜਿਹੜਾ ਕੁਛ ਚਾਹੀਦਾ ਸੀ ਉਹ ਵੀ ਨਾਲ ਲੈ ਕੇ ਗਿਆ। ਇਹਨਾਂ ਵਾਸਤੇ ਕੱਪੜੇ ਜਾਂ ਬਿਸਤਰੇ, ਰਹਿਣ ਦੇ ਪ੍ਰਬੰਧ ਕੀ ਹੈਗਾ ਇਹਨਾਂ? ਐਵੈਕੁਏਸ਼ਨ ਸੈਂਟਰ 'ਚ ਸਾਰੇ ਪ੍ਰਬੰਧ ਕੀਤੇ ਹੋਏ ਨੇ। ਕਿਹੜੀ ਕਿਹੜੀ ਜਗ੍ਹਾ 'ਤੇ ਕੁਛ ਸੈਂਟਰ? ਸਾਰੇ ਲਿਸਟ ਲੈ ਲਓ ਤੁਸੀਂ, ਇੱਥੇ ਰੋਪੜ 'ਚ 14 ਸੈਂਟਰ ਨੇ, ਹਰ ਜਗ੍ਹਾ ਬਣੇ ਹੋਏ ਨੇ, ਆਨੰਦਪੁਰ ਸਾਹਿਬ ਵੱਖਰੇ ਨੇ, ਵੱਖਰੇ ਨੇ, ਜੰਗੋਰ ਸਾਹਿਬ ਵੱਖਰੇ, ਹਰ ਜਗ੍ਹਾ ਐਵੈਕੁਏਸ਼ਨ ਸੈਂਟਰ ਬਣੇ ਨੇ, ਉੱਚੀ ਥਾਂ ਜਿੱਥੇ ਪਾਣੀ ਦਾ ਡਰ ਨਹੀਂ ਹੈਗਾ, ਅਤੇ ਖਾਣੇ ਦਾ ਪ੍ਰਬੰਧ ਹੈ, ਉੱਥੇ ਦਵਾਈਆਂ ਦਾ ਪ੍ਰਬੰਧ ਹੈ, ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਹਰ ਚੀਜ਼ ਦਾ ਪ੍ਰਬੰਧ।